ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਆਪਣਾ 10 ਲਾਂਗਾ ਦਾ ਡਿਜ਼ਾਈਨ ਤੇ ਮੈਂ ਇੱਥੇ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੋਇਆ ਹੈ ਜੇਕਰ ਤੁਸੀਂ ਇਸ ਨੂੰ ਬਾਰਡਰ ਤੇ ਬਾਰਡਰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਜਿਹੜਾ 10 ਲਾਂਗਾ ਪਰ ਰਿਪੀਟ ਕਰਕੇ ਫਿਰ ਉੱਪਰ ਆਪਣਾ ਕੋਈ ਹੋਰ ਡਿਜ਼ਾਈਨ ਜਿਹੜਾ ਬਣਾ ਸਕਦੇ ਆ ਤੇ ਜੇਕਰ ਤੁਸੀਂ ਸਾਰਾ ਇਹੀ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਵੀ ਆਪਣਾ ਜਿਹੜਾ ਇਹ ਡਿਜ਼ਾਈਨ ਆ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਇਸ ਨੂੰ ਆਪਾਂ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਆਪਣੀਆਂ ਕੋਟੀਆਂ ਸਵੈਟਰ ਜੈਕਟ ਤੇ ਬਣਾ ਸਕਦੇ ਆ ਛਾਲ ਸਟਾਲ ਮਫਲਰ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਇਸ ਤਰ੍ਹਾਂ ਬਣਾਈ ਵਿੱਚ ਵੀ ਆਪਣਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਪੰਜ ਸਲਾਈਆਂ ਆਪਣੀਆਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੀਆਂ ਤੇ ਪੰਜ ਉਲਟੇ ਪਾਸੇ ਤੋਂ ਬਣਦੇ ਆ ਤੇ ਜਿਹੜੇ ਆਪਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ 14 ਦੇ ਮਲਟੀ ਪਾਲ ਆਪਾਂ ਦੋ ਕੁੰਡੇ ਵਾਧੂ ਰੱਖ ਲੈਣੇ ਜਿਵੇਂ 14 14 14 ਤੇ ਦੋ ਕੁੰਡੇ ਵਾਧੂ ਲੈ ਲੈਣੀ ਮੈਂ ਇਹ 43 ਕੁੰਡੇ ਪਾਈ ਐ ਸਲਾਈ ਤੇ ਚਲਾਇ 43 ਕੁੰਡਿਆਂ ਦੇ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਉਂਗੀ ਦੋ ਬਾਰ ਇੱਥੇ ਡਿਜ਼ਾਈਨ ਨੂੰ ਰਿਪੀਟ ਕੀਤਾ ਤੇ ਤੀਸਰੀ ਵਾਰ ਆਪਸ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਅੱਗੇ ਕੁੰਡੇ ਪਾਉਣ ਤੋਂ ਬਾਅਦ ਆਪਣੀ ਜਿਹੜੀ ਪਹਿਲੀ ਸਲਾਈ ਇਸ ਤਰ੍ਹਾਂ ਹੋਊਗੀ ਕੰਨੀ ਵਾਲਾ ਕੁੰਡਾ ਤਾਰ ਕੇ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਲਾਂਗੇ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਸਿੱਧੇ ਪਾਸੇ ਤੋਂ ਤੇ ਦੂਸਰੀ ਸਲਾਈ ਆਪਾਂ ਉਲਟੇ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਮੈਂ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਅੱਗੇ ਤੀਸਰੀ ਸਲਾਈ ਬਣਾਵਾਂਗੇ ਹੁਣ ਆਪਣੀਆਂ ਦੋ ਸਲਾਈਆਂ ਕੰਪਲੀਟ ਕਰ ਲਈਆਂ ਆਪਾਂ ਜਦੋਂ ਆਪਾਂ ਇੱਕ ਸਿੱਧੇ ਪਾਸੇ ਤੋਂ ਉਲਟੀ ਬਣਾਵਾਂਗੇ ਉਲٹے ਪਾਸੇ ਤੋਂ ਉਲਟੀ ਤਾਂ ਆਪਣੀ ਇਸ ਤਰ੍ਹਾਂ ਇੱਕ ਲਾਈਨ ਬਣ ਜਾਂਦੀ ਉਲਟੀ ਹੁਣ ਆਪਾਂ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਬਣਾਉਣੀ ਹੈ ਕੰਨੀ ਵਾਲਾ ਕੁੰਡਾ ਤਾਰ ਕੇ ਤੀਸਰੀ ਸਲਾਈ ਵੀ ਆਪਾਂ ਜਿਹੜੀ ਸਿੱਧੇ ਪਾਸੇ ਤੋਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਆਪਣੀ ਤਿੰਨ ਸਲਾਈਆਂ ਹੋ ਜਾਣਗੀਆਂ ਆਪਣੀਆਂ ਇਹ ਤੇ ਚੌਥੀ ਸਲਾਈ ਤੇ ਆਪਣਾ ਡਿਜ਼ਾਈਨ ਬਣਾਣਾ ਸਟਾਰਟ ਹੋਊਗਾ ਉਲਟੇ ਪਾਸੇ ਤੋਂ ਤੇ ਅੰਸਲਾ ਅੰਗਾ ਆਪਣੀਆਂ ਇਸ ਤਰ੍ਹਾਂ ਸਿੰਪਲ ਬਣ ਜਾਂਦੀਆਂ ਉਲਟੀਆਂ ਹੁਣ ਆਪਣੀ ਚੌਥੀ ਸਲਾਈ ਉਲਟੇ ਪਾਸੇ ਤੋਂ ਇੱਕ ਇੱਕ ਹੁੰਡਾ ਆਪਾਂ ਕੰਨੀ ਵਾਲਾ ਤਾਰ ਕੀ 14 ਹੁੰਡਿਆਂ ਦਾ ਡਿਜ਼ਾਈਨ ਆਪਣਾ ਹੁਣ 14 14 ਹੁੰਡਿਆਂ ਤੇ ਜਿਹੜਾ ਡਿਜ਼ਾਈਨ ਬਣਦਾ ਜਾਊਗਾ ਪਹਿਲਾਂ ਆਪਾਂ ਇੱਕ ਕੁੰਡਾ ਤਾਰ ਕੇ ਸੱਤ ਕੁੰਡੇ ਬਣਾਵਾਂਗੇ ਉਲਟੇ 1 2 3 4 5 6 7 ਹੁਣ ਆਪਾਂ ਥ੍ਰੈਡ ਸਲਾਈਡ ਦੇ ਕਮਾ ਕੇ ਇਸ ਤਰ੍ਹਾਂ ਜਾਲੀ ਬਣਾਉਣੀ ਹੈ ਥ੍ਰੈਡ ਆਪਣਾ ਅੱਗੇ ਲੈ ਆਉਣਾ ਆਪਾਂ ਫੇਰ ਆਪਾਂ ਸੱਤ ਕੁੰਡੇ ਉਲਟੇ ਬਣਾ ਲੈਣੇ 1 2 3 4 5 6 7 14 ਕੁੰਡੇ ਹੋ ਗਏ ਆਪਣੀ ਇਹ ਹੀ ਆਪਾਂ 14 ਕੁੰਡੇ ਸਲਾਈ ਤੇ ਬਾਰ-ਬਾਰ ਰਿਪੀਟ ਕਰਦੇ ਜਾਨਾ ਫਿਰ ਉਸੇ ਤਰ੍ਹਾਂ 7 ਕੁੰਡੇ ਉਲਟੇ 1 2 10 4 5 6 7 ਹੁਣ ਆਪਣੇ ਵਿੱਚ ਇਹ 14 ਕੁੰਡੇ ਉਲਟੇ ਹੋ ਜਾਂਦੇ ਆ 7 ਆਪਣੀ ਇਧਰ ਲਈ ਡਿਜ਼ਾਈਨ ਵਾਲੇ 7 ਇਧਰ ਲਈ ਫਿਰ ਥ੍ਰੈਡ ਸਲਾਈ ਤੇ ਘੁਮਾ ਕੇ 7 ਕੁੰਡੇ ਬਣਾਵਾਂਗੇ ਉਲਟੇ 1 2 3 4 5 6 7 10 ਕੁੰਡੇ ਹੋ ਗਏ ਆਪਣੇ ਅੱਗੇ ਫੇਰ ਉਸੇ ਤਰ੍ਹਾਂ 7 ਕੁੰਡੇ ਉਲਟੇ 1 2 3 4 5 6 7 ਫੇਰ ਥ੍ਰੈਡ ਸਲਾਈਡ ਤੇ ਘੁਮਾ ਕੇ 7 ਉਲਟੇ 1 2 3 4 5 6 ਸਤ ਲਾਸਟ ਵਾਲਾ ਕੁੰਡਾ ਆਪਣਾ ਉਲਟ ਚੌਥੀ ਸਲਾਈ ਆਪਣੀ ਕੰਪਲੀਟ ਹੋ ਗਈ ਡਿਜ਼ਾਈਨ ਦੀ ਹੁਣ ਆਪਾਂ ਪੰਜਵੀਂ ਸਲਾਈ ਬਣਾਉਣੀ ਹੈ ਇੱਕ ਕੁੰਡਾ ਪਾਸੇ ਧਰਾ ਤਾਰ ਕੇ ਹੁਣ ਆਪਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਫਿਰ ਪੰਜ ਕੁੰਡੇ ਬਣਾਵਾਂਗੇ ਸਿੱਧੇ 1 2 3 4 5 ਹੁਣ ਅੱਗੇ ਆਪਣਾ ਜਾਲੀ ਵਾਲਾ ਕੁੰਡਾ ਆ ਗਿਆ ਇਹਦੇ ਆਪਾਂ 6 ਕੁੰਡੇ ਬਣਾਵਾਂਗੇ ਪਹਿਲਾਂ ਇੱਕ ਬਣਾਇਆ ਸਿੱਧਾ ਥ੍ਰੈਡ ਕੀਤਾ ਅੱਗੇ 2 ਥ੍ਰੈਡ ਪਿੱਛੇ ਕਰਕੇ ਸਿੱਧਾ ਬਣਾਇਆ 3 ਇੱਕ ਉਲਟਾ ਬਣਾਇਆ 4 ਫਿਰ ਇੱਕ ਸਿੱਧਾ ਬਣਾਇਆ 5 ਫਿਰ ਇੱਕ ਉਲਟਾ ਬਣਾਇਆ 6 ਕੁੰਡੇ ਹੋ ਗਏ ਆਪਣੇ ਥ੍ਰੈਡ ਕਰਾਂਗੇ ਪਿੱਛੇ ਅੱਗੇ ਫੇਰ ਉਸੇ ਤਰ੍ਹਾਂ ਇੱਕ ਦੋ 10 4 ਪੰਜ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਇਸ ਤਰ੍ਹਾਂ 14 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਆਪਾਂ ਫੇਰ ਦੁਬਾਰਾ ਉਸੇ ਤਰ੍ਹਾਂ ਰਿਪੀਟ ਜਿਵੇਂ ਆਪਾਂ ਇੱਥੇ ਰਿਪੀਟ ਕੀਤਾ ਸੀ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਬਣਾਵਾਂਗੇ ਦੋ ਕੁੰਡਿਆਂ ਦਾ ਕੁੰਡਾ ਫੇਰ ਪੰਜ ਗੁੰਡੇ ਸਿੱਧੇ 1 2 3 4 5 ਫੇਰ ਜਾਲੀ ਵਾਲਾ ਕੁੰਡਾ ਆ ਗਿਆ ਇਹਦੇ ਆਪਾਂ 6 ਗੁੰਡੇ ਬਣਾਵਾਂਗੇ ਇੱਕ ਬਣਾਇਆ ਥ੍ਰੈਡ ਅੱਗੇ ਕਰਕੇ ਉਲਟਾ ਦੂ ਥ੍ਰੈਡ ਪਿੱਛੇ ਕਰਕੇ ਸਿੱਧਾ ਬਣਾਇਆ ਤਿੰਨ ਇੱਕ ਉਲਟਾ ਚਾਰ ਇੱਕ ਸਿੱਧਾ ਪੰਜ ਇੱਕ ਉਲਟਾ 6 ਗੁੰਡੇ ਬਣਾ ਲਏ ਥ੍ਰੈਡ ਕੀਤਾ ਪਿੱਛੇ ਇੱਕ ਦੋ 3 4 5 ਕੁੰਡੇ ਸਿੱਧੇ 2 ਕੁੰਡਿਆਂ ਦਾ ਅਗਲੀ ਸਾਈਡ ਤੇ ਬਣਾਇਆ ਕੁੰਡਾ 14 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਆਪਣਾ ਫਿਰ ਅੱਗੇ ਦੁਬਾਰਾ ਉਸੇ ਤਰ੍ਹਾਂ 14 ਕੁੰਡਿਆਂ ਤੇ ਡਿਜ਼ਾਈਨ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਬਣਾਇਆ ਕੁੰਡਾ ਫਿਰ 1 2 3 4 5 ਫੇਰੇਤੀ ਜਾਲੀ ਵਾਲੇ ਕੁੰਡੇ ਦੇ 6 ਕੁੰਡੇ ਬਣਾਵਾਂਗੇ ਆਪਾਂ ਉਸੇ ਤਰ੍ਹਾਂ 1 2 then 4 5 6 ਖੜਕੀਤਾ ਪਿੱਛੇ ਫੇਰ ਉਸੇ ਤਰ੍ਹਾਂ 1 2 then 4 5 ਦੋ ਕੁੰਡਿਆਂ ਦਾ ਬਣਾਇਆ ਕੁੰਡਾ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ पंजी सिलाई कंप्लीट कर ली हूँ आप छेवीं सिलाई बनाऊंगी उल्ट पासे तो छेवीं सिलाई एक कुंडा उतार के आप इस तरह दोडेंद एक बनावेंगे उल्टा कुंडा आप फिर अपने एक दो तीन चार छे 7 8 9 10 11 12 13 14 ਜਿਆਦਾ ਕੁੰਡੇ ਉਲਟੇ ਬਣਾ ਲਈ ਹੁਣ ਆਪਾਂ ਜਿਹੜਾ ਇੱਧਰ ਦੋ ਦਾ ਇੱਕ ਬਣਾਇਆ ਸੀ ਇੱਕ ਆਪਣਾ ਇਹ ਕੁੰਡਾ ਇੱਕ ਇਸ ਤੋਂ ਅਗਲਾ ਕੁੰਡਾ ਇਹ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧੇ ਪਾਸੇ ਤੋਂ

ਡਿਜ਼ਾਈਨ ਦੁਆਰਾ ਸਟਾਰਟ ਹੋ ਜੂਗਾ ਜਿਵੇਂ ਆਪਾਂ ਇੱਥੇ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਉਲਟਾ ਪਹਿਲਾਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਉਲਟਾ ਇਸ ਤਰ੍ਹਾਂ ਫਿਰ ਆਪਣੀ 1 2 10 4 5 6 7 8 9 10 11 12 13 ਚਾਰਾ ਕੁੰਡੇ ਆਗੇ ਉਲਟੇ ਫਿਰ ਉਸੇ ਤਰ੍ਹਾਂ ਇੱਕ ਆਪਣਾ ਇਹ ਜਿਹੜਾ ਚੈਨ ਵਾਲਾ ਕੁੰਡਾ ਇੱਕ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਆਪਾਂ ਉਸੇ ਤਰ੍ਹਾਂ ਪਿਛਲੇ ਪਾਸੇ ਤੋਂ ਦੋ ਦੇ ਇੱਕ ਬਣਾਉਣਾ ਆਪਾਂ ਇਸ ਤਰ੍ਹਾਂ ਪਿਛਲੇ ਪਾਸੇ ਤੋਂ ਸਲਾਈ ਕੱਢ ਕੇ ਦੋਨਾਂ ਕੁੰਡਿਆਂ ਵਿੱਚ ਦੀ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਫੇਰ ਅੱਗੇ ਆਪਣੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਦੁਬਾਰਾ ਫੇਰ ਸਟਾਰਟ ਹੋ ਗਿਆ ਡਿਜ਼ਾਈਨ ਚਾਹਦਾ ਕੁੰਡਿਆਂ ਵਾਲਾ 1 2 3 4 5 6 7 8 9 10 11 12 13 14 ਫੇਰ ਉਸੇ ਤਰ੍ਹਾਂ ਪਿਛਲੇ ਪਾਸੇ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਪਿਛਲੇ ਪਾਸੇ ਤੋਂ ਆਪਾਂ ਬਣਾਉਣਾ ਦੋ ਕੁੰਡਿਆਂ ਦਾ ਉਲਟਾ ਜੀਰ ਆਪਾਂ 14 ਕੁੰਡੇ ਉਲਟੇ ਬਣਾ ਲੈਣੇ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਣਾ ਉਲਟਾ 6 ਸਲੰਗਾ ਹੋਊਗਾ ਡਿਜ਼ਾਈਨ ਦੀਆਂ ਆਪਣੀਆਂ ਹੁਣ ਆਪਾਂ 7ਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਤੇ

ਚਾਰ ਕੁੰਡੇ ਸਿੱਧੇ ਬਣਾਵਾਂਗੇ ਆਪਾਂ ਫੇਰ ਥ੍ਰੈਡ ਕਰਾਂਗੇ ਅੱਗੇ ਇੱਕ ਜਾਲੀ ਬਣਾਵਾਂਗੇ ਕੁੰਡਾ ਸਿੱਧਾ ਦੂਸਰੀ ਜਾਲੀ ਕੁੰਡਾ ਸਿੱਧਾ ਤੀਸਰੀ ਜਾਲੀ ਇਸ ਤਰ੍ਹਾਂ ਕੁੰਡਾ ਸਿੱਧਾ ਚੌਥੀ ਜਾਲੀ ਕੁੰਡਾ ਸਿੱਧਾ ਬਣਾਵਾਂਗੇ ਪੰਜਵੀਂ ਜਾਲੀ ਕੁੰਡਾ ਸਿੱਧਾ ਹੁਣ ਆਪਾਂ ਛੇਵੀਂ ਜਾਲੀ ਇਸ ਤਰ੍ਹਾਂ ਬਣਾ ਕੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਦੋ ਕੁੰਡਿਆਂ ਦਾ ਬਣਾਵਾਂਗੇ ਫਿਰ ਆਪਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਇਸ ਤਰ੍ਹਾਂ 14 ਕੁੰਡਿਆਂ ਵਾਲਾ ਆਪਣਾ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਹੋ ਗਿਆ ਕੁੰਡਾ ਤਾਰਿਆ ਆਪਾਂ ਕੁੰਡਾ ਪਲਟ ਕੇ ਦੋ ਦਾ ਇੱਕ ਬਣਾਇਆ ਚਾਰ ਕੁੰਡੇ ਸਿੱਧੇ 6 ਜਾਲੀਆਂ ਬਣਾਇਆਂ ਤਿੰਨ ਕੁੰਡੇ ਸਿੱਧੇ ਦੋ ਦਾ ਇੱਕ ਅਗਲੀ ਸਾਈਡ ਤੋਂ ਦੁਬਾਰਾ ਫਿਰ ਉਸੇ ਤਰ੍ਹਾਂ ਸਟਾਰਟ ਕਰ ਲੈਣਾ ਆਪਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਬਣਾਵਾਂਗੇ ਕੁੰਡਾ ਮੈਸਟਰ ਫਿਰ ਆਪਣੇ 1 2 10 ਚਾਰ ਕੁੰਡੇ ਸਿੱਧੇ ਥ्रेड ਅੱਗੇ ਇੱਕ ਜਾਲੀ ਬਣਾਈ ਇੱਕ ਕੁੰਡਾ ਸਿੱਧਾ ਦੂਸਰੀ ਜਾਲੀ ਕੁੰਡਾ ਸਿੱਧਾ ਤੀਸਰੀ ਜਾਲੀ ਚੌਥੀ ਜਾਲੀ ਪੰਜਵੀਂ ਜਾਲੀ ਹੰਜੇ ਦਸਵੀਂ ਜਾਲੀ ਬਣਾਉਣੀ ਹੈ ਆਪਾਂ ਤਿੰਨ ਕੁੰਡੇ ਸਿੱਧੇ ਇੱਕ ਦੋ then دو కుنڈਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਦੁਬਾਰਾ ਡਿਜ਼ਾਈਨ ਉਸੇ ਤਰ੍ਹਾਂ కుੰਡਾ ਪਲਟ ਕੇ కుੰਡਾ ਪਲਟ ਕੇ ਪਿਛਲੀ ਸਾਈਡ ਤੇ ਬਣਾਵਾਂਗੇ ਦੋ కుੰਡਿਆਂ ਦਾ ਇੱਕ కుੰਡਾ ਫਿਰ ਇੱਕ ਦੋ 10 ਚਾਰ కుੰਡੇ ਸਿੱਧੇ ਫਿਰ ਉਸੇ ਤਰ੍ਹਾਂ ਛੇ ਜਾ ਲੀਆਂ ਇੱਕ 2 10 4 5 6 ਤਿੰਨ ਕੁੰਬੇ ਸਿੱਧੇ 1 ਦ 10 2 ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ 7 ਸਲਾਈਆਂ ਹੋਗੀਆਂ ਆਪਣੀਆਂ 8ਵੀਂ ਸਲਾਈਡ ਜੈਨ ਦੀ ਆਪਾਂ अठवीं सिलाई अपनी उल्ट पासे तो एक कुंडा तार के दो कुंड पैक बनावें उल्टा कुंडा अठवीं सिलाई कुंडा तार के दो दा एक उल्टा फिर अपने एक दो तीन चार पाँच सात आठ 9 10 11 12 13 14 15 16 16 ਕੁੰਡੇ ਉਲਟੀ ਆ ਗਈ ਹੁਣ ਆਪਣਾ ਜਿਹੜਾ ਇਹ ਕੁੰਡਾ ਹੈ ਦੋ ਦਾ ਇੱਕ ਬਣਾਉਂਦੇ ਆ ਰਹੇ ਹਾਂ ਤੇ ਇਹਦੇ ਅਗਲਾ ਕੁੰਡਾ ਆਪਣਾ ਇਹ ਫੇਰ ਉਸੇ ਤਰ੍ਹਾਂ ਆਪਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਕੁੰਡੇ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਉਲਟਾ ਕੁੰਡਾ ਬਣਾ ਲਿਆਂਗੇ ਇਸ ਤਰ੍ਹਾਂ ਫਿਰ ਦੁਬਾਰਾ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਫਿਰ 16 ਕੁੰਡੇ ਉਲਟੇ 1 2 10 4 5 6 7 8 9 10

एक दो तीन चार पाँच छः सात आठ नौ दस ग्यारह बारह तेरह चौदह पंद्रह सोलह सोलह उल्टे बना के फिर उस तरह पिछली साइड तो आप ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਅੱਠ ਸਲੰਗ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਨੌਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਤੇ ਇੱਕ ਕੁੰਡਾ ਤਾਰ ਕੇ ਕੰਨੀ ਵਾਲਾ ਕੁੰਡਾ ਪਲਟ ਕੇ ਆਪਾਂ ਪਿਛਲੀ ਸਾਈਡ ਤੋਂ ਬਣਾਉਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਹੁਣ ਆਪਣੀ ਇੱਕ ਦੋ ਤਿੰਨ ਚਾਰ छत अठ नौ दस ग्यारह बारह तेरह चौदह कुंडे आ गए सीधे दो दना दें अगली साइड ब्रेस्तरा ਫੇਰ ਡਿਜ਼ਾਈਨ ਦੁਬਾਰਾ ਰਿਪੀਟ ਹੋਊਗਾ ਆਪਣਾ ਉਸੇ ਤਰ੍ਹਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਫੇਰ ਆਪਣੇ 1 2 3 4 5 6 7 8 9 10 11 12

10 4 5 6 7 8 9 10 11 12 13 14 ਸਿੱਧੇ ਆਗੇ ਫਿਰ ਦੋ ਲੱਕ ਬਣਾ ਦਾਂਗੇ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਦਾਂਗੇ ਇਸ ਤਰ੍ਹਾਂ 10ਵੀਂ ਤੇ ਲਾਸਟ ਸਲਾਈ ਆਪਣੀ ਉਲਟ ਪਾਸੇ ਤੋਂ ਹੁਣ ਲਾਸਟ ਸਲਾਈ ਹੈ ਆਪਣੀ 10 ਲਾਂਗਾਂ ਦਾ ਡਿਜ਼ਾਈਨ ਇੱਕ ਤਾਰ ਕੇ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਉਲਟਾ ਕੁੰਡਾ ਉਸੇ ਤਰ੍ਹਾਂ ਫੇਰ ਆਪਣੀ 1 2 10 4 5 6 7 8 9 10 11 12 ਕੁੰਡੇ ਉਲਟੇ ਆ ਜਾਣਗੇ ਫੇਰ ਉਸੇ ਤਰ੍ਹਾਂ ਜਿਹੜਾ ਇੱਧਰ ਆਪਾਂ ਦੋ ਦਾ ਇੱਕ ਬਣਾਉਂਦੇ ਆ ਰਹੇ ਤੇ ਇੱਧਰ ਇੱਕ ਅਗਲਾ ਗੁੰਡਾ ਪਿਛਲੇ ਪਾਸੇ ਤੋਂ ਉਸੇ ਤਰ੍ਹਾਂ ਆਪਾਂ ਦੋ ਗੁੰਡਿਆਂ ਦਾ ਇੱਕ ਬਣਾਉਣ ਨਾਲ ਉਲਟਾ ਗੁੰਡਾ ਇਸ ਤਰ੍ਹਾਂ ਪਿਛਲੇ ਪਾਸੇ ਤੋਂ ਬਣਾਉਣਾ ਇਸ ਤਰ੍ਹਾਂ ਹਰ ਵਾਰ ਆਪਾਂ ਜਿਵੇਂ ਇਸੇ ਤਰ੍ਹਾਂ ਬਣਾਉਂਦੇ ਆ ਰਹੇ ਦੋ ਗੁੰਡਿਆਂ ਦਾ ਇੱਕ ਬਣਾ ਲਿਆ ਉਲਟਾ ਗੁੰਡਾ ਅੱਗੇ ਫੇਰ ਉਸੇ ਤਰ੍ਹਾਂ ਆਪਾਂ ਸ਼ੁਰੂ ਕਰ ਲੈਣ ਦੋ ਗੁੰਡਿਆਂ ਦਾ ਇੱਕ ਬਣਾ ਕੇ ਉਲਟਾ ਇੱਕ 2 10 4 5 6 7 8 9 10 11 12 ਕੁੰਡੇ ਉਲਟੇ ਆ ਗਏ ਫਿਰ ਆਪਾਂ ਉਸੇ ਤਰ੍ਹਾਂ ਪਿਛਲੀ ਸਾਈਡ ਤੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਅੱਗੇ ਫੇਰ ਦੁਬਾਰਾ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਕੇ ਫੇਰ 1 2 3 4 5 6 7 8 9 10 11 12 ਫੇਰ ਪਿਛਲੀ ਸਾਈਡ ਤੋਂ ਆਪਾਂ ਉਸੇ ਤਰ੍ਹਾਂ ਐਕਸਟਰਾ ਦੋ ਦਾ ਇੱਕ ਬਣਾ ਰਹੇ ਹਾਂਗੇ ਉਲਟਾ ਕੁੰਡਾ ਲਾਸਟ ਵਾਲਾ ਕੁੰਡਾ ਆਪਣਾ ਹੋਲਟੀਸ ਲਾਈ ਉਲਟਾ ਬਣਾ ਲਾਂਗੇ 10 ਲਾਈ ਲਾਂਗੇ ਆਪਣੀ ਡਿਜ਼ਾਈਨ ਦੀਆਂ ਕੰਪਲੀਟ ਹੋਗਣਾਂ ਇਹਹੀ 10 ਲਾਈ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਆਪਾਂ ਉਸੇ ਤਰ੍ਹਾਂ ਜਿੱਦੇ ਪਾਸੇ ਤੋਂ ਉਲਟੀ ਸਲਾਈ ਬਣਾਉਣੀ ਉਲਟੇ ਪਾਸੇ ਤੋਂ ਫੇਰ ਇੱਕ ਉਲਟੀ ਜਿੱਦੇ ਪਾਸੇ ਤੋਂ ਤਿੰਨ ਸਲਾਈਆਂ ਆਪਾਂ ਉਲਟੀਆਂ ਬਣਾ ਕੇ ਚੌਥੀ ਸਲਾਈ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਉਸੇ ਤਰ੍ਹਾਂ ਸੱਤ ਕੁੰਡੇ ਉਲਟੇ ਜਾਲੀ ਬਣਾ ਕੇ ਸੱਤ ਉਲਟ ਜਿਵੇਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਬਣਾਈ ਸੀ ਤਾਂ ਇਹ ਹੀ ਆਪਾਂ 10 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਆਪਣਾ ਤਿਆਰ ਹੁੰਦਾ ਬਣ ਕੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ